ਦੋਸਤੋ ਕੁਝ ਸਮਾਂ ਪਹਿਲਾਂ ਵੀ ਆਪਾਂ ਲਾਈਵ ਹੋਏ ਸੀਗੇ ਪਰ ਕਿਸੇ ਟੈਕਨੀਕਲੀ ਕਾਰਨ ਕਰਕੇ ਉਹ ਵੀਡੀਓ ਅਪਲੋਡ ਨਹੀਂ ਹੋ ਸਕੀ ਸੋ ਦੁਬਾਰਾ ਮੈਂ ਕਿਤਾਬ ਦੀ ਗੱਲ ਐਪੀਸੋਡ 2 ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹਾਂ ਸੋ ਪਹਿਲਾ ਜਿਹੜਾ ਐਪੀਸੋਡ ਬਣਾਇਆ ਸੀ ਕਿਤਾਬਾਂ ਬਾਰੇ ਇੱਕ ਸਰਸਰੀ ਗੱਲ ਕੀਤੀ ਸੀਗੀ ਅਤੇ ਉਸ ਤੋਂ ਬਾਅਦ ਬਹੁਤ ਸਾਰੇ ਫੋਨ ਮੈਸੇਜਸ ਆਏ ਕਿ ਤੁਸੀਂ ਇਸ ਗੱਲਬਾਤ ਨੂੰ ਹੋਰ ਅੱਗੇ ਤੋਰੋ ਅਤੇ ਚੰਗੀਆਂ ਕਿਤਾਬਾਂ ਨੂੰ ਸਾਡੇ ਤੱਕ ਲੈ ਕੇ ਆਓ ਬਹੁਤ ਸਾਰੇ ਦੋਸਤਾਂ ਮਿੱਤਰਾਂ ਦੀ ਇਹ ਸਿਫਾਰਿਸ਼ ਸੀਗੀ ਸੋ ਮੈਂ ਅੱਜ ਉਸੇ ਲੜੀ ਨੂੰ ਅੱਗੇ ਤੋਰਦੇ ਹੋਏ ਤੁਹਾਡੇ ਸਭ ਦੇ ਪਿਆਰ ਸਤਿਕਾਰ ਲਈ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਰਦਾ ਧੰਨਵਾਦ ਕਰਦਾ ਕਿ ਤੁਸੀਂ ਮੇਰੀ ਸ਼ਾਇਰੀ ਨੂੰ ਮੇਰੀ ਲਿਖਤ ਨੂੰ ਇੰਨਾ ਪਿਆਰ ਦਿੰਦੇ ਹੋ ਸੋ ਮੈਂ 5 ਕਿਤਾਬਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿਵੇਂ ਕਿ ਤੁਸੀਂ ਥੰਬਨੇਲ ਤੋਂ ਅੰਦਾਜ਼ਾ ਲਾ ਲਿਆ ਹੁਣ ਇਹ 5 ਕਿਤਾਬਾਂ ਫਿਕਸ਼ਨ ਦੀਆਂ ਨੇ ਜਿਹਨੂੰ ਆਪਾਂ ਨਾਵਲ ਕਹਿੰਦੇ ਹਾਂ ਸੋ ਨਾਵਲ ਅਤੇ ਕਹਾਣੀ ਦੇ ਵਿੱਚ ਕੀ ਫਰਕ ਹੈ ਇਹ ਕਦੇ ਆਪਾਂ ਫਿਰ ਗੱਲ ਕਰਾਂਗੇ ਪਰ ਅੱਜ ਜਿਹੜੇ ਟੌਪ ਪੰਜਾਬੀ 5 ਨਾਵਲ ਹੈ ਉਹ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਵੈਸੇ ਤਾਂ ਹੋਰ ਬਹੁਤ ਸਾਰੇ ਨਾਵਲ ਹੈਗੇ ਨੇ ਮੈਂ ਇਹ ਨਹੀਂ ਕਹਿ ਰਿਹਾ ਕਿ ਇਹੀ 5 ਟੌਪ ਨੇ ਪਰ ਮੇਰੇ ਕੋਲ ਜੋ ਮੈਂ ਪੜ੍ਹਿਆ ਜਾਂ ਮੇਰੇ ਅਕੋਰਡਿੰਗ ਜਾਂ ਮੇਰੇ ਕੋਲ ਅਵੇਲੇਬਲ ਸੀਗੇ ਜਿਹਨਾਂ ਬਾਰੇ ਮੈਂ ਤੁਹਾਡੇ ਨਾਲ ਗੱਲ ਕਰ ਸਕਦਾ ਸੀ ਸੋ ਮੈਂ ਉਹ 5 ਨਾਵਲ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹਾਂ ਸੋ ਇਸ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਸ਼ੇਅਰ ਕਰ ਦਿਓ ਕਿਤਾਬ ਦੀ ਗੱਲ ਐਪੀਸੋਡ 2 ਦੇ ਵਿੱਚ ਜਿਹੜੇ ਜਿਹੜੇ ਨਾਵਲਾਂ ਦੀ ਗੱਲ ਕਰਾਂਗੇ ਉਹਨਾਂ ਨੂੰ ਤੁਸੀਂ ਰਾਈਟ ਡਾਊਨ ਵੀ ਕਰ ਸਕਦੇ ਹੋ ਲਿਖ ਸਕਦੇ ਹੋ ਅਤੇ ਕਿਤਾਬ ਦੀ ਗੱਲ ਐਪੀਸੋਡ 1 ਆ ਜਿਹੜਾ ਉਹਦਾ ਅਸੀਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗੇ ਤੁਸੀਂ ਉੱਥੋਂ ਉਹਨਾਂ ਨੂੰ ਉਸ ਕਿਤਾਬਾਂ ਬਾਰੇ ਵੀ ਜਾਣ ਸਕਦੇ ਹੋ ਸੋ ਪਹਿਲੀ ਕਿਤਾਬ ਜਿਹੜੀ ਅੱਜ ਹੈਗੀ ਜੀ ਉਸਦਾ ਨਾਮ ਹੈ ਪਾਕਿਸਤਾਨ ਮੇਲ ਪਾਕਿਸਤਾਨ ਮੇਲ ਜਿਹੜੀ ਕਿਤਾਬ ਹੈ ਇਹ ਖੁਸ਼ਵੰਤ ਸਿੰਘ ਹੋਰਾਂ ਦੀ ਲਿਖੀ ਹੋਈ ਆ ਅੰਗਰੇਜ਼ੀ ਦੇ ਵਿੱਚ ਲਿਖੀ ਹੋਈ ਕਿਤਾਬ ਹੈ ਪਰ ਇਸ ਨੂੰ ਪੰਜਾਬੀ ਦੇ ਵਿੱਚ ਪੰਜਾਬੀ ਦੇ ਉੱਘੇ ਗਲਪਕਾਰ ਕਹਾਣੀਕਾਰ ਸਰਦਾਰ ਗੁਲਜ਼ਾਰ ਸਿੰਘ ਸੰਧੂ ਹੋਰਾਂ ਨੇ ਅਨੁਵਾਦ ਕੀਤਾ ਟ੍ਰਾਂਸਲੇਟ ਕੀਤਾ ਪੰਜਾਬੀ ਦੇ ਵਿੱਚ ਤਾਂ ਇਸ ਕਿਤਾਬ ਨੂੰ ਆਪਾਂ ਕਹਿ ਸਕਦੇ ਹਾਂ ਕਿ ਛੋਟਾ ਜਿਹਾ ਕਹਿ ਸਕਦੇ ਹਾਂ ਛੋਟਾ ਨਾਵਲ ਕਹਿ ਸਕਦੇ ਹਾਂ ਕਿਉਂਕਿ ਬਹੁਤ ਥੋੜ੍ਹੇ ਪੇਜ ਹੈ ਇਹਦੇ 112 ਪੇਜ ਹੈ ਅਤੇ ਇੱਥੇ ਇਸਦਾ ਰੇਟ ਹੈ ਜਿਹੜਾ ਉਹ 100 ਰੁਪਏ ਦਾ ਜੀ ਇਹ ਪੇਪਰਬੈਕ ਹੈ ਜਿਹੜਾ ਕਿ ਬਿਨਾਂ ਜਿਲਦ ਤੋਂ ਮੋਟੀ ਜਿਲਦ ਤੋਂ ਹੁੰਦਾ ਹਾਰਡ ਜਿਹਨੂੰ ਆਪਾਂ ਹਾਰਡ ਬਾਉਂਡ ਕਹਿ ਦਿੰਦੇ ਹਾਂ ਨਾ ਸੋ ਇਸ ਕਿਤਾਬ ਦੇ ਵਿੱਚ 1947 ਦੇ ਦਰਦ ਨੂੰ ਫਿਕਸ਼ਨ ਦੇ ਵਿੱਚ ਉਹਨਾਂ ਨੇ ਬਿਆਨ ਕੀਤਾ ਮਤਲਬ ਕੀ ਆ ਕਿ ਕਲਪਨਾ ਕਹਿ ਸਕਦੇ ਹਾਂ ਕਿ ਅਸਲ 'ਚ ਨਾਵਲ ਹੁੰਦਾ ਹੀ ਉਹ ਹੈ ਕਿ ਜਿਸ ਦੇ ਵਿੱਚ ਗਲਪ ਹੁੰਦਾ ਹੈ ਜਿਸ ਦੇ ਵਿੱਚ ਥੋੜ੍ਹੀ ਇਮੈਜੀਨੇਸ਼ਨ ਹੁੰਦੀ ਹੈ ਕਲਪਨਾ ਹੁੰਦੀ ਹੈ ਕਿਸੇ ਗਲਪਕਾਰ ਦੀ ਸੋ ਉਹਨਾਂ ਨੇ ਬਾਖੂਬੀ ਉਸ ਸਮੇਂ ਨੂੰ ਬਿਆਨ ਕੀਤਾ ਪਾਕਿਸਤਾਨ ਮੇਲ ਉਹ ਟ੍ਰੇਨ ਜਿਹੜੀ ਪਾਕਿਸਤਾਨ ਟ੍ਰੇਨ ਹੈ ਜਿਹੜੀ ਹੈ ਨਾ ਉਹਦੇ ਵਿੱਚ ਕਿਵੇਂ ਲਾਸ਼ਾਂ ਲੱਦੀਆਂ ਕਿਵੇਂ ਬਹੁਤ ਬੁਰਾ ਹਾਲ ਹੋਇਆ ਜਿਹੜਾ ਸੋ ਉਹ ਸਾਰੇ ਨੂੰ ਇਹਨਾਂ ਨੇ ਇੱਕ ਨਾਵਲ ਦਾ ਰੂਪ ਦਿੱਤਾ ਇਸ ਦੇ ਉੱਪਰ ਇੱਕ ਫਿਲਮ ਵੀ ਬਣੀ ਆ ਸੋ ਤੁਸੀਂ ਯੂਟਿਊਬ 'ਤੇ ਸ਼ਾਇਦ ਉਹ ਫਿਲਮ ਅਵੇਲੇਬਲ ਹੈ ਤੁਸੀਂ ਦੇਖ ਸਕਦੇ ਹੋ ਪਰ ਨਾਵਲ ਨੂੰ ਪੜ੍ਹਨਾ ਇੱਕ ਕਿਤਾਬ ਨੂੰ ਪੜ੍ਹਨ ਦਾ ਆਪਦਾ ਇੱਕ ਆਨੰਦ ਹੁੰਦਾ ਸੋ ਪਹਿਲੀ ਕਿਤਾਬ ਹੈ ਜੀ ਪਾਕਿਸਤਾਨ ਮੇਲ ਬਾਈ ਖੁਸ਼ਵੰਤ ਸਿੰਘ ਅਨੁਵਾਦ ਕੀਤਾ ਹੈ ਗੁਲਜ਼ਾਰ ਸਿੰਘ ਸੰਧੂ ਹੋਰਾਂ ਨੇ ਅਤੇ ਲੋਕ ਗੀਤ ਪ੍ਰਕਾਸ਼ਨ ਨੇ ਇਸ ਨੂੰ ਛਾਪਿਆ ਹੋਇਆ ਪਹਿਲੀ ਕਿਤਾਬ ਨੋਟ ਕਰ ਲਓ ਹਾਂਜੀ ਦੂਜੀ ਕਿਤਾਬ ਜਿਹੜੀ ਆਪਣੇ ਕੋਲ ਹੈ ਉਹ ਬਹੁਤ ਖੂਬਸੂਰਤ ਨਾਵਲ ਹੈ ਅਤੇ ਇੱਕ ਬਹੁਤ ਹੀ ਅੱਛੇ ਨਾਵਲਕਾਰ ਜਿਨ੍ਹਾਂ ਨੂੰ ਆਪਾਂ ਰਾਮ ਸਰੂਪ ਅਣਖੀ ਹੋਰਾਂ ਦੇ ਨਾਮ ਨਾਲ ਜਾਣਦੇ ਹਾਂ ਇਹਨਾਂ ਦੇ ਬੜੇ ਸੋਹਣੇ ਨਾਵਲ ਨੇ ਪੰਜਾਬੀ ਦੇ ਵਿੱਚ ਜੇ ਪੰਜਾਬੀ ਸਾਹਿਤ 'ਚ ਇਹਨਾਂ ਦੀ ਗੱਲ ਹੁੰਦੀ ਹੈ ਤਾਂ ਉੱਥੇ ਇਹਨਾਂ ਦੇ ਬਹੁਤ ਸਾਰੇ ਖੂਬਸੂਰਤ ਨਾਵਲਾਂ ਦੀ ਇੱਕ ਲੜੀ ਆ ਜਾਂਦੀ ਹੈ ਇਹਨਾਂ ਦੇ ਵਿੱਚ ਕੋਠੇ ਖੜਕ ਸਿੰਘ ਤੁਹਾਨੂੰ ਦਿਖ ਰਿਹਾ ਹੋਣਾ ਸਕਰੀਨ 'ਤੇ ਕੋਠੇ ਖੜਕ ਸਿੰਘ ਨਾਵਲ ਹੈ ਅਤੇ ਪੜ੍ਹਨਯੋਗ ਨਾਵਲ ਹੈ ਬੜੇ ਹੀ ਮਾਰਮਿਕ ਬੜੇ ਖੂਬਸੂਰਤ ਤਰੀਕੇ ਨਾਲ ਪੇਂਡੂ ਜੀਵਨ ਨੂੰ ਬਠਿੰਡੇ ਦੇ ਆਸੇ ਪਾਸੇ ਮਾਨਸਾ ਦੇ ਰੇਤਲੇ ਇਲਾਕਿਆਂ ਦੀ ਇੱਕ ਜਿਹੜੀ ਅਸਲੀਅਤ ਨੂੰ ਬਿਆਨ ਕਰਨ ਵਾਲੀਆਂ ਘਟਨਾਵਾਂ ਦੇ ਵਿੱਚੋਂ ਇਸ ਕਹਾਣੀ ਇਸ ਕਹਿ ਲਓ ਨਾਵਲ ਦੀ ਜਿਹੜੀ ਪੂਰੀ ਫਿਕਸ਼ਨ ਜਾਂ ਕਹਾਣੀ ਆ ਬੜੇ ਆਮ ਸਧਾਰਨ ਨਾਵ ਜਿਹੜੇ ਇਹਨਾਂ ਦੇ ਪਾਤਰ ਨੇ ਤੁਹਾਨੂੰ ਐਂ ਲੱਗੂਗਾ ਕਿ ਇਹ ਆਪਣੇ ਘਰਾਂ ਦੀਆਂ ਗੱਲਾਂ ਕਰ ਰਿਹਾ ਜਾਂ ਆਪਣੇ ਬਾਰੇ ਜਾਂ ਆਪਣੇ ਵਰਗੇ ਲੋਕਾਂ ਬਾਰੇ ਗੱਲਾਂ ਕਰ ਰਿਹਾ ਸੋ ਕੋਠੀ ਖੜਕ ਸਿੰਘ ਰਾਮ ਸਰੂਪ ਅਣਖੀ ਇਹਨੇ ਇਸ ਨੂੰ ਵੀ ਲੋਕ ਗੀਤ ਪ੍ਰਕਾਸ਼ਨ ਨੇ ਹੀ ਛਾਪਿਆ ਹੈ ਇਸ ਦੇ 344 ਪੇਜ ਨੇ ਟੋਟਲ ਅਤੇ ਰੇਟ ਇਹਦਾ 150 ਰੁਪਏ ਹੈ ਜਿਹੜਾ ਕਿ ਪੇਪਰਬੈਕ ਦਾ ਮੈਂ ਰੇਟ ਦੱਸ ਰਿਹਾ ਅਤੇ ਜਿਹੜੇ ਮੈਂ ਇੱਥੇ ਰੇਟ ਤੁਹਾਡੇ ਨਾਲ ਸਾਂਝੇ ਕਰੂੰਗਾ ਇਹ ਹੋ ਸਕਦਾ ਰਿਵਾਈਜ਼ਡ ਹੋ ਗਏ ਹੋਣ ਇਹ ਕਾਫੀ ਸਮੇਂ ਦੀਆਂ ਕਿਤਾਬਾਂ ਛਪੀਆਂ ਹੋਈਆਂ ਨੇ ਉਸ ਤੋਂ ਬਾਅਦ ਹੋਰ ਐਡੀਸ਼ਨ ਛਪ ਜਾਂਦੇ ਆ ਉਹਨਾਂ ਦੇ ਰੇਟ ਅਲੱਗ ਵੱਧ ਘੱਟ ਹੋ ਸਕਦੇ ਆ ਨਾ ਕਿਤੇ ਇਹ ਨਾ ਗਿਲਾ ਕਰਿਓ ਕਿ ਉੱਥੇ ਇਹ ਦੱਸਿਆ ਗਿਆ ਰੇਟ 'ਤੇ ਕਿਤਾਬਾਂ ਵਾਲੇ ਨਾਲ ਤੁਸੀਂ ਕਹੀ ਜਾਓ ਕਿ ਇਹਦਾ ਰੇਟ ਤਾਂ ਇਹ ਦੱਸਿਆ ਹੋਇਆ ਨਾ ਰੇਟ ਇਹਨਾਂ ਦੇ ਵੱਧਦੇ ਰਹਿੰਦੇ ਅਕਸਰ ਤਾਂ ਦੂਸਰੀ ਕਿਤਾਬ ਹੈ ਜੀ ਕੋਠੇ ਖੜਕ ਸਿੰਘ ਨੋਟ ਕਰ ਲਿਓ ਚੰਗੀਆਂ ਕਿਤਾਬਾਂ ਜ਼ਿੰਦਗੀ ਦੀ ਇੱਕ ਕਹਿ ਸਕਦੇ ਹਾਂ ਕਿ ਇੱਕ ਰਾਹ ਸਿਰਾ ਹੁੰਦੀਆਂ ਨੇ ਜ਼ਿੰਦਗੀ ਦੀ ਇੱਕ ਪਈ ਹੁੰਦੀਆਂ ਨੇ ਇੱਕ ਰਸਤਾ ਹੁੰਦੀਆਂ ਨੇ ਜਿਸ ਨੂੰ ਆਪਾਂ ਫੜ ਕੇ ਇੱਕ ਵਧੀਆ ਮੰਜ਼ਿਲ ਦੇ ਵੱਲ ਜਾ ਸਕਦੇ ਹਾਂ
अगला नावल है तफ्तीश, तफ्तीश नावल है जी मित्र सैन मीत का, एक अच्छे गल्पकार ने नावलकार ने। इस नावल की खासियत यह है कि ये बड़ा ही एक वक्खरा जिन्हां ने टॉपिक लिया जिहदे विच कह सकते हैं कि जेलां दी जिंदगी विच की जेलां विच की हुंदा, जां कह सकते हैं कि थोड़ा दफ्तरी लाइफ जिंदगी किवें दी, इन्हां दे बहुत सारे नावल ने। कटहरा नावल है, तफ्तीश नावल ये आ गया ना, तो इन्हां दे विच ना बड़ी खूबसूरती नाल वक्खरे वक्खरे रंगां नूं बयान किया गया। आपां आम जिंदगी च ये गल्लां नूं नहीं माण सकते, सो इन्हां गल्लां दे रूबरू होण लई तुहानूं ये नावल नूं पढ़ना जरूरी जरूरी पैना। सो इस नावल में नोट कर लियो, इस नू लाहौर बुक शॉप वाले ने छापया है, 304 पेज ने जी ये, तो 100 रुपए का ये पेपरबैक जो मेरे को अवेलेबल आ। सो इस किताब में भी नोट कर लियो, तफ्तीश बाय मित्र सैन मीत नावलकार। अगला नावल है जी बड़ा सोहना नावल, मैं कुछ दिन पहला ही इस पूरा किया पढ़िया, तो जसवीर मंड एक अच्छा गल्पकार है पंजाबी दे विच। मैं वैसे ज़्यादा रचनावां नहीं पढ़िया इन्हां दियां, पर मैनू इस नावल नूं पढ़ के बड़े मतलब वधिया लग्या, तां स्पैशली मैं तुहानूं रिकमेंड करूँगा कि इस किताब नूं जरूर पढ़ियो। जे तुसी गुरु नानक साहब नूं होर महसूस करना चाहुंदे हो, क्योंकि गुरु नानक साहब दे नाल सी भाई मरदाना जी, सो मरदाना जी दी जिंदगी किवें सी, उन्हां दी ख्यालत गुरु नानक साहब बारे किवें सी, उह किस तरह रवाब वजाउंदे सी, गुरु नानक साहब किस तरह उन्हां नाल गल्लां करदे सी, उह सारियां गल्लां नूं इक गल्प दे रूप विच ही चित्रिया भावें, पर बिल्कुल असलीयत दे नेड़े तेड़े आ। तुसीं इस किताब नूं यूनिस्टार पब्लीकेशन तों खरीद सकदे हो, उन्हां ने इस नूं छापिया है, ते इस दे टोटल जिहड़े पेज ने उह 303 पेज ने टोटल, ते 250 रुपए की एक किताब है, ते इह पेपरबैक नहीं सॉरी इह हार्ड जिल्द दे विच आ मेरे कोल जिहड़ी किताब तुहानूं दिख रही आ। तो इस किताब के थोड़ी जी औख होगी जिहड़े सधारण पाठक है, क्योंकि इन्हां दी शैली बड़ी वक्खरी किस्म की शैली है, शैली मतलब लिखण का एक वे है जिहड़ा तरीका, तो इस किताब नूं जरूर पढ़ियो, आपदी घर की लाइब्रेरी च जरूर शामिल करियो, ते तुहानूं चंगा लगेगा। बोल मरदानिया नावल बाय जसवीर मंड। जिहड़ी अगली किताब है जी वह है एक बड़े लसानी जिहड़ा योधा अपने हिस्टरी के इतिहास के शहीद आजम सरदार भगत सिंह होर मारे, बड़ा खूबसूरत तो बड़ा मोटा नावल है, ये बलदेव सिंह होर ने लिखा है, बड़े अच्छे गल्पकार ने, बहुत सारे नावल उन्होंने, तुसी बलदेव सिंह सड़कनामा के नाम भी उन्होंने जानते हो। तो इतने जेडे नावल की गल कर रहे, नाम है सतलुज वहिंदा रिहा, सतलुज वहिंदा रिहा सारा जिहड़ा शहीद आजम सरदार भगत सिंह होर के इर्द गिर्द उन्हां दी जिंदगी दे, उन्हां दे बचपन तो लैके उन्हां दे शहीद होण तक ते शहीद होण तो बाद तक दे वी कुछ उन्हां ने हवाले इत्थे दित्ते आ। सो बड़ी मेहनत दे नाल एक इस तरह के इतिहासिक नावल लिखे जांदे आ। सो इन्हां नूं आपदी जिंदगी चों कदे वी पासे नहीं किया जा सकता, परोखे नहीं किया जा सकता। सो मेरी बेनती आ कि ये नावल है जिहड़ियां ये किताबां है इन्हां नूं आपदी जिंदगी शामिल करो, थोनू देखियो थोनू बहुत सारिया कहानियां बहुत सारिया वह गल्लां पता लगनगियां जिहड़ियां नू आपां अपनी जिंदगी च कदे महसूस नहीं कर सकांगे किताबां तो बिना। सो चंगियां किताबां हमेशा थोनू बहुत सारे वक्खरियां जगह दे दर्शन करवा दिंदियां ने, वक्खरे तरह के लोगों नाल मिला दिंदियां ने। अपनी जिंदगी एड्डी वड्डी जां एड्डी ब्रॉड नहीं है कि आपां हर एक जगह पहुँच सकांगे, हर घटना नू माण सकांगे। कई मित्र प्यारे ये कह देंगे कि किताबां पढ़न की लोड़ ही नहीं, जिंदगी किताब है। हाँ ये गल भी सही आ, पर तुसी इन्ने तरह की जिंदगी नहीं आपकी जिंदगी जिउ सकते जिन्नी तरह की जिंदगी थोनों किताबों मिल जाती है। सो मेरी गुजारिश आ कि चंगी किताबा आपकी जिंदगी शामिल करो। देखो तुसी आप ये अक्सर आप शिकवा करते हैं कि साढ़े को समा नहीं है, समा भी मिलेगा क्योंकि जेडे बंद किताबा की कह लो पढ़न की एक चेष्टा लग जाती है पुस पै जाता वो समा भी कढ लैंदा। सो बहुत सारिया किताबा ने उस समय समय से मैं थोड़े नाल सांझियां करूँगा। ये एपीसोड 2 है जी, एपीसोड 3 जल्दी लैके आवांगे थोड़े तक, क्योंकि अगे कई मित्रों ने गिला शिकवा किया कि थोड़ा लेट कर दें। सो हुण मैं कोशिश करूँगा कि आप जल्दी जल्दी किताबों बारे भी गल करिए, तो शायरी भी तुसी सुनते रहो। सो ये 5 किताबा नोट कर लियो, तो जे कोई होर किताब बारे तुसी गल करनी चाहते हो तो कमेंट बॉक्स के जरूर वह नाम लिख दौ, मैं उस किताब में जो मैं नहीं पढ़िया तो मैं पढ़ के वो बारे गल करूँगा। सो बहुत बहुत प्यार सत्कार, तुसी इस तरह ही इस चैनल ना जुड़े रहो, गुरदास संधू चैनल नू होर अगे लेके जाओ, ते आपां चंगियां सार्थक गल्लां तुहाडे नाल सांझियां करदे रहांगे। थैंक यू, शुक्रिया, थैंक यू।